ਸਤਿ ਸ਼੍ਰੀ ਅਕਾਲ ਦੋਸਤੋ, ਗੁੱਡ ਮਾਰਨਿੰਗ। ਆਪਣਾ ਵਿਰਸਾ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੀ ਹਾਂ, ਜਿਵੇਂ ਕਿ ਤੁਸੀਂ ਜਾਣਦੇ, ਤੁਹਾਨੂੰ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ ਨਾਲ ਜਾਣੂ ਕਰਾਉਂਦੇ ਹਾਂ। ਜੀ ਹੁਣ ਰੁੱਖ ਕਰਦੇ ਹਾਂ ਅਜੀਤ ਅਖਬਾਰ ਵੱਲ। ਅਮਰੀਕਾ ਨੂੰ ਮੂਰਖ ਬਣਾ ਕੇ ਵਿੱਤੀ ਸਹਾਇਤਾ ਲੈਂਦਾ ਰਿਹਾ ਪਾਕਿਸਤਾਨ, ਟਰੰਪ। ਜੀ ਹਾਂ, ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਜਾਰੀ ਕਰ ਰਿਹਾ ਅਮਰੀਕਾ। ਰਾਸ਼ਟਰਪਤੀ ਨੇ ਅੱਜ ਦੋਸ਼ ਲਗਾਇਆ ਹੈ ਕਿ ਦੱਖਣੀ ਏਸ਼ੀਅਨ ਦੇਸ਼ ਅਮਰੀਕਾ ਨੂੰ ਝੂਠ ਅਤੇ ਧੋਖੇ ਤੋਂ ਬਿਨਾਂ ਕੁਝ ਨਹੀਂ ਦਿੱਤਾ, ਸਗੋਂ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦਿੱਤੀ ਹੈ। ਸਖ਼ਤ ਸ਼ਬਦਾਂ ਵਿੱਚ ਤਵੀਜ਼ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਪ੍ਰਮੁੱਖ ਧਿਰਾਂ ਦੇ ਨਾਲ ਪਿਛਲੇ 15 ਸਾਲ ਤੋਂ ਪਾਕਿਸਤਾਨ ਨੂੰ $33 ਅਰਬ ਤੋਂ ਵੱਧ ਦੀ ਸਹਾਇਤਾ ਦਿੱਤੀ ਗਈ ਸੀ, ਪਰ ਉਹਨਾਂ ਨੇ ਸਾਨੂੰ ਝੂਠ ਅਤੇ ਧੋਖੇ 'ਚ ਤੋਂ ਸਿਵਾ ਕੁਝ ਨਹੀਂ ਦਿੱਤਾ ਅਤੇ ਅਮਰੀਕਾ 'ਚ ਚੇਤਾਵਾਂ ਨੂੰ ਮੂਰਖ ਸਮਝਦਾ ਰਿਹਾ ਹੈ। ਨਵੇਂ ਸਾਲ 'ਤੇ ਇਸ ਮੌਕੇ ਨੇ ਆਪਣੀ ਪਹਿਲੀ ਤਵੀਜ਼ ਵਿੱਚ ਟਰੰਪ ਨੇ ਇਹ ਦਲੀਲ ਦਿੱਤੀ ਹੈ ਕਿ ਮਹਿਸੂਸ ਹੋਇਆ ਕਿ ਉਹਨਾਂ ਵਿੱਚ ਪਾਕਿਸਤਾਨ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ $33 ਅਰਬ ਸਹਾਇਤਾ ਦੇ ਜਵਾਬ ਅੱਤਵਾਦੀਆਂ ਦੇ ਅਸੀਂ ਅਫਗਾਨਿਸਤਾਨ ਵਿੱਚ ਭਾਲ ਕਰਦੇ ਹਾਂ ਅਤੇ ਥੋੜ੍ਹੀ ਜਿਹੀ ਮਦਦ ਤੋਂ ਬਿਨਾਂ ਕੁਝ ਵੀ ਨਹੀਂ ਦਿੱਤਾ। ਹੁਣ ਜ਼ਰੂਰ ਕਰਦੇ ਹਾਂ ਅਗਲੀ ਖਬਰ ਵੱਲ। ਨਵੇਂ ਵਰੇ ਮੌਕੇ ਲੱਖਾਂ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ। ਜੀ ਹਾਂ, ਜਿੱਥੇ ਕਈ ਲੋਕਾਂ ਨੇ ਨਵੇਂ ਸਾਲ 2018 ਨੂੰ ਕਲੱਬਾਂ ਪੱਬਾਂ ਨੂੰ ਨੱਚ ਕੇ ਗਾ ਕੇ ਅਤੇ ਖਾ ਪੀ ਕੇ ਮਨਾਇਆ, ਉੱਥੇ ਦੇਸ਼ ਵਿਦੇਸ਼ ਦੀਆਂ ਪੁੱਜੀਆਂ ਲੱਖਾਂ ਸੰਗਤਾਂ ਨੇ ਨਵੇਂ ਸਾਲ ਦੀਆਂ ਸ਼ੁਰੂਆਤ ਰੂਹਾਨੀਅਤ ਅਤੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਕੀਤੀ। ਉਹਨਾਂ ਨੇ ਦਿਨੀ ਗੁਰੂ ਨਗਰੀ 'ਚ ਸਰਦੀ ਦੇ ਲੱਖਾਂ ਸੰਗਤਾਂ ਦੀ ਸ਼ਰਧਾ ਭਾਰੂ ਹੋ ਗਈ। ਨਵੇਂ ਸਾਲ ਵਿੱਚ ਸ਼ੁਰੂਆਤ ਵਿੱਚ ਗੁਰੂ ਜੀ ਦੀ ਗੋਦ ਵਿੱਚ ਕਰਨ ਦੇ ਮਨੋਰਥ ਨਾਲ ਬੀਤੇ ਗਏ ਦਿਨ ਵਿੱਚ ਲੱਖਾਂ ਸੰਗਤਾਂ ਨੇ ਹੁੰਮ ਹੁਮਾ ਕੇ ਪਾਵਨ ਅਸਥਾਨ ਪੁੱਜਣੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਹੁਣ ਜ਼ਰੂਰ ਕਰਦੇ ਹਾਂ ਅਗਲੀ ਖਬਰ ਵੱਲ। ਹੋਂਦ ਚਿੱਲੜ ਵਿਖੇ ਜਲਦੀ ਯਾਦਗਾਰੀ ਉਸਾਰਨ ਦਾ ਐਲਾਨ। ਜੀ ਹਾਂ, ਫਰੀਦਾਬਾਦ ਤੋਂ ਹੋਂਦ ਚਿੱਲੜ ਤਾਲਮੇਲ ਕਮੇਟੀ ਵੱਲੋਂ ਮਹਾਨ ਗੁਰਮਤਿ ਸਮਾਗਮ ਰਿਆੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲੜ ਵਿਖੇ ਕਰਵਾਇਆ ਗਿਆ ਹੈ। ਇਸ ਸਮਾਗਮ ਦੌਰਾਨ ਸੰਗਤਾਂ ਦੀ ਹਾਜ਼ਰੀ 'ਚ ਹੋਂਦ ਚਿੱਲੜ ਵਿਖੇ ਯਾਦਗਾਰ ਜਲਦ ਉਸਾਰਨ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਨਵੰਬਰ 1984 ਨੂੰ ਹੋਂਦ ਚਿੱਲੜ ਵਿਖੇ 4 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਸਮੇਤ 32 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਘਟਨਾ ਦੇ ਸ਼ਿਕਾਰ ਹੋਣ ਵਾਲੀਆਂ ਤੇ 31 ਪਿੰਡਾਂ ਦੇ ਵਸਨੀਕ ਸ਼ਾਮਲ ਸਨ ਅਤੇ ਫੌਜ ਦੇ ਇੱਕ ਜਵਾਨ ਇੰਦਰਜੀਤ ਸਿੰਘ ਜੋ ਕਿ ਰੇਲ ਤੋਂ ਉੱਤਰ ਕੇ ਇਸ ਪਿੰਡ ਵਿੱਚ ਸ਼ਰਨ ਲੈਣ ਲਈ ਪੁੱਜਾ ਸੀ। ਹੁਣ ਜ਼ਰੂਰ ਕਰਦੇ ਹਾਂ ਅਗਲੀ ਖਬਰ ਵੱਲ। ਜੀ ਹਾਂ, 3 ਤਲਾਕ ਜੰਗ ਲੜਨ ਵਾਲੀ ਇਜਰਤ ਸ਼ਾਹ ਭਾਜਪਾ ਵਿੱਚ ਸ਼ਾਮਲ। ਜੀ ਹਾਂ, 3 ਤਲਾਕ ਦੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰਨ ਵਾਲੀਆਂ 5 ਔਰਤਾਂ 'ਚੋਂ ਇੱਕ ਇਜਰਤ ਸ਼ਾਹ ਨੇ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਇਜਰਤ ਸ਼ਾਹ ਨੇ ਆਪਣੇ ਭਾਜਪਾ ਨੂੰ ਅਸਿੱਧੇ ਢੰਗ ਨਾਲ ਮੁਸਲਮਾਨ ਔਰਤਾਂ ਦੀ ਹਿਮਾਇਤੀ ਕਰਾਰ ਵਿੱਚ ਦਿੰਦਿਆਂ ਕਿਹਾ ਕਿ ਜੋ ਉਸਦੀ ਮਦਦ ਕਰੇਗਾ ਉਹ ਉਸਦੇ ਨਾਲ ਹਿਆਮਤ ਕਰੇਗੀ। ਇਜਰਤ ਜਹਾਂ ਨੇ ਭਾਜਪਾ ਵਿੱਚ ਹੜਿੰਦਿਆਂ ਸਥਿਤ ਦਫ਼ਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਈ ਮੋਦੀ ਸਰਕਾਰ ਵੱਲੋਂ 3 ਤਲਾਕ ਬਾਰੇ ਬਿੱਲ ਲਿਆਉਣ ਨੂੰ ਇੱਕ ਅਹਿਮ ਫੈਸਲਾ ਦੱਸਦਿਆਂ ਇਜਰਤ ਜਹਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਉਹ ਆਪਣੇ ਆਪੋ ਮਹਿਫੂਜ਼ ਨਹੀਂ ਮਹਿਸੂਸ ਕਰ ਰਹੀਆਂ, ਪਰ ਮੋਦੀ ਸਰਕਾਰ ਪੀੜਤ ਔਰਤਾਂ ਲਈ ਇੱਕ ਅਹਿਮ ਕਾਨੂੰਨ ਲੈ ਕੇ ਆਈ ਹੈ ਜਿਸ ਨੂੰ ਉਹ ਬਹੁਤ ਹੀ ਖੁਸ਼ ਹੈ ਅਤੇ ਉਹਨਾਂ ਨੇ ਕਿਹਾ ਭਵਿੱਖ ਵਿੱਚ ਔਰਤਾਂ ਦਾ ਅਧਿਕਾਰਾਂ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ਹੁਣ ਜ਼ਰੂਰ ਕਰਦੇ ਹਾਂ ਅਗਲੀ ਖਬਰ ਵੱਲ। ਪੰਜਾਬ ਸਮੇਤ ਉੱਤਰੀ ਭਾਰਤ 'ਚ ਸੰਘਣੀ ਧੁੰਦ ਨੇ ਕੀਤਾ ਨਵੇਂ ਸਾਲ ਦਾ ਸਵਾਗਤ। ਜੀ ਹਾਂ, ਪੰਜਾਬ ਸਮੇਤ ਪੂਰੇ ਦੱਖਣੀ ਭਾਰਤ ਵਿੱਚ ਸੰਘਣੀ ਧੁੰਦ ਤੇ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਅੱਜ ਨਵੇਂ ਸਾਲ ਦੇ ਪਹਿਲੇ ਹੀ ਦਿਨ ਵਿੱਚ ਪਈ ਸੰਘਣੀ ਧੁੰਦ ਕਾਰਨ ਆਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਸੰਘਣੀ ਧੁੰਦ ਕਾਰਨ ਸੜਕੀ ਆਵਾਜਾਈ ਦੇ ਨਾਲ ਨਾਲ ਹੀ ਰੇਲ ਹਵਾਈ ਸੇਵਾਵਾਂ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ, ਜਿਸ ਕਾਰਨ ਕਈ ਉਡਾਨਾਂ ਰੱਦ ਕਰਨੀਆਂ ਪਈਆਂ ਹਨ। ਇਸ ਦੌਰਾਨ ਰਹੀ ਕੜਾਕੇ ਦੀ ਠੰਡ ਕਾਰਨ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ 'ਚ ਤਾਪਮਾਨ ਆਪ ਨਾਲੋਂ ਕਾਫ਼ੀ ਘੱਟ ਦਰਜ ਸਾਹਮਣੇ ਆਇਆ ਹੈ ਅਤੇ ਦਿਖਾਈ ਦਿੰਦਾ ਜਾ ਰਿਹਾ ਹੈ, ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਨੂੰ ਇਸ ਧੁੰਦ ਦੀ ਕਾਫ਼ੀ ਹੱਦ ਤੱਕ ਹੌਲੀ ਕਰ ਦਿੱਤੀ ਅਤੇ ਕਈ ਰੇਲ ਗੱਡੀਆਂ ਨੇ ਆਪਣੇ ਮਿੱਥੇ ਸਮੇਂ ਦੇ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਕਈ ਨੂੰ ਰੱਦ ਵੀ ਕੀਤਾ ਗਿਆ ਹੈ। ਹੁਣ ਜ਼ਰੂਰ ਕਰਦੇ ਹਾਂ ਅਗਲੀ ਖਬਰ ਵੱਲ। ਕੈਪਟਨ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ 7 ਨੂੰ ਮਾਨਸਾ ਤੋਂ। ਜੀ ਹਾਂ, ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ 7 ਜਨਵਰੀ ਨੂੰ ਮਾਨਸਾ ਵਿਖੇ ਰਾਜ ਪੱਧਰੀ ਸਮਾਗਮ ਕਰ ਰਿਹਾ ਕੀਤੀ ਗਈ ਹੈ, ਜਿਸ ਵਿੱਚ ਮਾਲਵਾ ਖੇਤਰ ਵਿੱਚ 5 ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਭਾਵੇਂ ਪ੍ਰਸ਼ਾਸਨਿਕ ਪੱਧਰ 'ਤੇ ਇਹ ਸਕੀਮ ਨੂੰ ਸਿਰੇ ਚੜ੍ਹਨ ਲਈ ਤਿਆਰੀਆਂ ਜ਼ੋਰਾਂ 'ਤੇ ਹਨ, ਪਰ ਵਿਰੋਧੀ ਅਤੇ ਕਿਸਾਨਾਂ ਹਲਕਿਆਂ ਦਾ ਇਸ ਸਕੀਮ ਦੀ ਪ੍ਰਸ਼ੰਸਾ ਘੱਟ ਤੋਂ ਹੀ ਆਲੋਚਨਾ ਕੀਤੀ ਜਾ ਰਹੀ ਹੈ। ਵਧੇਰੇ ਹੋਣ ਕਰਕੇ
दूसरे पासे कांग्रेस पार्टी दे राज सरकार वाले इस स्कीम नूं अपने वादे तो पूर्ति दी शुरुआत दस रही है। दसना बनता है कि अपनी कांग्रेस पार्टी ने अपने चोन मनोरथ पत्र दे सरकार बनदे ही किसानां नाल कर्जा मुआफी खत्म करन दा वादा कीता सी, पर इस वादे नाल हाल घड़ी वफा हुंदा ही नहीं जापदा, क्योंकि यह वादा किसानां दे समुचे करजे की लीक मारन करके दिता गया सी, जो कि हुण फसली ते सरकारी सभावां दे कर्जा तक शामिल कीतियां गईआं हन। हुण जरूर करदे आं अगली खबर वल। 2019 तो पहला GST नूं होर सौखा करेगा केंद्र। जी हाँ, 7 महीने तो लागू हुए GST नूं केंद्र वालों होर सौखा करन दी तैयारी ते काम हुंज गुजरात चोणां तो पहला शुरू हो गया है, पर 2019 दियां लोकसभा चोणां विच इक वार बेहतर प्रदर्शन करन लई GST नूं होर सौखा करन ते तैयारियां विच तेज कर दियां गईआं हन। केंद्र वालों इस नूं सौखा करके कीता जा रहा है, ते क्योंकि केंद्र नहीं चाहुंदा कि जिस तरह कांग्रेस की कौमी प्रधान राहुल गांधी ने GST ने गुजरात विच गब्बर सिंह टैक्स कह के प्रचार किया सी, इह नारा लोकां विच प्रचलित ना होवे, अते हुण 2019 दियां लोकसभा चोणां नूं मुड़ अजिहा प्रचार होवेगा कि केंद्र नूं पहले ही महीने विच रिकॉर्ड तोड़ 93,000 करोड़ मालिया GST तो प्राप्त हो गया है, जबकि उन्होंने तो बाद इस 84,000 करोड़ रुपए तो करीब रह गया, क्योंकि लोगों अपने वादू टैक्स देने दे दबाव पेश कर दिते सन। विभागी सूत्रों ने मनिया है कि हुण GST काफ़ी आसान कर देने तो बाद कई दो कारोबारों में लीह लगी रहेगी। हुण जरूर करते हैं अगली खबर वाल। टमाटर, प्याज, आलू और गोभी सरकार खरीदेगी। जी हाँ, हरियाणा सरकार ने 9 साल तो किसानों ने उन्हां दियां सब्जियां दे भा मार्केट रेट ते देन दे इतिहासिक फैसला कर दिता है, जिस विच शुरुआत मुख्यमंत्री मनोहर लाल खट्टर ने राज विधानसभा विच अपने हल्के करनाल विच कीती है। अज इत्थे 9 साल दे मौके ते सरकारी अधिकारियों के सन्मान विच दित्ते दोपहर के खाने ते अजीत नाल गलबात करदिआं होइआं खट्टर ने विचार प्रगट कीते हन कि इस फैसले नाल करोड़ों किसानों के फायदा पहुंचेगा, तो उन्होंने सारे शब्दों अनुसार किसानों के हितों को ध्यान रख के अपना फसला विधि तरीकन तो बाद जोर देंदे हन। पर सरकार ने देश में सब तो पहला पवतंत्र परसाई योजना की शुरुआत की सी, जिस विच टमाटर, प्याज, आलू और गोभी दी सब्जियां शामिल सन। हुण जरूर करदे आं अगली खबर बात। सिविल सर्जन दफ्तर विखे 9 साल के आमद ते धार्मिक समागम। जी हाँ, दफ्तर सिविल सर्जन विखे 9 साल के आमद तो सरबत के भले लिए सिविल सर्जन दफ्तर विच सिविल हस्पताल के स्टाफ वालों श्री सुखमनी साहब जी के पाठ भी आरंभ किए गए। इस मौके पर सिविल सर्जन पठानकोट डॉक्टर नरेश कांसरा और समूह अधिकारियों के नाल कर्मचारियों को 9 साल की बधाई दी है और सरबत के भले लिए अरदास भी की। इस मौके पर सहायक सर्जन डॉक्टर अदिति सलारिया, जिला सेहत अफसर डॉक्टर तरसेम सिंह, जिला टीकाकरण अफसर डॉक्टर किरण बाला, डिप्टी मेडिकल कमिश्नर डॉक्टर अहुन सोहल, जिला परिवार भलाई अफसर डॉक्टर राकेश सरपाल, जिला डॉक्टर सुनीता शर्मा, सीनियर मेडिकल अफसर डॉक्टर भूपेंद्र सिंह जी, DDHO डॉक्टर डोली अग्रवाल, मेडिकल अफसर डॉक्टर ML अत्री, विद्याधार महाजन, डॉक्टर प्रियंका, जिला RBS के मैनेजर पंकज कुमार, जिला BCC अमनदीप सिंह, समूह स्टाफ आदि हाजिर सन। ऐसी वक्ख वक्ख अखबारों दी वक्ख वक्ख खबरां कल तुहानू फिर रूबरू होवांगे वक्ख वक्ख अखबारों दी वक्ख वक्ख खबरां लैके। सत श्री अकाल। गुरुआं दी बाणी ते पंज दरियावां दा पाणी, नचदे गाउंदे गभरू ते मुटियारां, लहलहाउंदियां फसलां, विसाखी ते लोहड़ी दे त्यौहार, ते तियां ते मुटियारां दा जुड़ना, मक्की दी रोटी ते सरों दा साग, फुलकारी दा चानन ते चरखे दी तंद याद दिलाउंदी है सानू साडे अमीर विरसे दी, ते इसे विरसे नू तुहाडे लई लैके आ रहा है तुहाडा अपना डिजिटल चैनल अपना विरसा। देखना ना भुलो अपने एंड्रॉयड अते एप्पल फोन ते तुहाडा अपना चैनल अपना विरसा।